प्यारे विद्यार्थियों प्यार भरी सत श्री अकाल मैं ਤੁਹਾਡੀ ਪੰਜਾਬੀ ਦੀ ਅਧਿਆਪਕਾ ਇੰਦਰਜੀਤ ਕੋਹੜ ਹਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਅੱਜ ਅਸੀਂ ਮਾਈਂਡ ਮੈਪ ਰਾਹੀਂ ਦਲੇਰੀ ਕਹਾਣੀ ਬਾਰੇ ਪੜਾਂਗੇ ਜੋ ਲੇਖਕ ਦਰਸ਼ਨ ਸਿੰਘ ਆਸ਼ਟ ਦੀ ਲਿਖੀ ਹੋਈ ਹੈ ਦਰਸ਼ਨ ਸਿੰਘ ਆਸ਼ਟ ਦਾ ਜਨਮ 15 ਦਸੰਬਰ 1965 ਨੂੰ ਹੋਇਆ ਆਪ ਇੱਕ ਪ੍ਰਸਿੱਧ ਬਾਲ ਲੇਖਕ ਹੋ ਆਪਨੇ ਬਹੁਤ ਹੀ ਰਚਨਾਵਾਂ ਬੱਚਿਆਂ ਦੇ ਜੀਵਨ ਤੇ ਲਿਖੀਆਂ ਹਨ ਇਸ ਕਹਾਣੀ ਵਿੱਚ ਦੋ ਭੈਣ-ਭਰਾਵਾਂ ਦੀ ਦਲੇਰੀ ਦੀ ਗੱਲ ਕੀਤੀ ਗਈ ਹੈ ਭਰਾ ਏਕਮ ਫੁੱਟਬਾਲ ਖੇਡਣ ਦਾ ਸ਼ੌਕੀਨ ਹੈ ਅਤੇ ਵੱਧ ਤੋਂ ਵੱਧ ਇਨਾਮ ਪ੍ਰਾਪਤ ਕਰਨਾ ਚਾਹੁੰਦਾ ਹੈ ਭੈਣ ਬਲਜੀਤ ਤਰਾਕੀ ਦੀ ਸ਼ੌਕੀਨ ਹੈ ਅਤੇ ਤਰਾਕੀ ਵਿੱਚ ਵੱਧ ਤੋਂ ਵੱਧ ਇਨਾਮ ਹਾਸਲ ਕਰ ਚੁੱਕੀ ਹੈ ਉਸ ਦਾ ਸਾਰਾ ਕਮਰਾ ਸ਼ੀਲਡਾਂ ਅਤੇ ਮੈਡਲਾਂ ਨਾਲ ਭਰਿਆ ਪਿਆ ਹੈ ਗਰਮੀਆਂ ਦੀਆਂ ਛੁੱਟੀਆਂ ਹੋ ਜਾਂਦੀਆਂ ਹਨ ਭਰਾ ਦੀ ਜਮਾਤ ਵੱਲੋਂ ਚੰਡੀਗੜ੍ਹ ਦਾ ਇੱਕ ਟੂਰ ਜਾ ਰਿਹਾ ਹੈ ਭੈਣ ਇੱਛਾ ਕਰਦੀ ਹੈ ਕਿ ਉਹ ਵੀ ਨਾਲ ਜਾਵੇ ਪਰ ਇਸ ਚੀਜ਼ ਲਈ ਮੰਨ ਜਾਂਦਾ ਹੈ ਕਿਉਂਕਿ ਭੈਣ ਪਿਛਲੇ ਸਾਲ ਉਸ ਨੂੰ ਆਗਰੇ ਆਪਣੇ ਨਾਲ ਲੈ ਕੇ ਜਾਂਦੀ ਹੈ ਭੈਣ ਦੀ ਇੱਛਾ ਹੈ ਕਿ ਉਹ ਸੁਖਨਾ ਝੀਲ ਦੇਖੇ ਤੇ ਸੁਖਨਾ ਝੀਲ ਦੇ ਉੱਤੇ ਜਾ ਕੇ ਉਹ ਬੋਟਿੰਗ ਕਰੇ ਬੱਚੇ ਚੰਡੀਗੜ੍ਹ ਜਾਣ ਦੇ ਲਈ ਤਿਆਰ ਹੋ ਜਾਂਦੇ ਹਨ ਉਹ ਸ਼ਾਮ ਵੇਲੇ ਸੁਖਨਾ ਝੀਲ ਤੇ ਪਹੁੰਚਦੇ ਹਨ ਸੁਖਨਾ ਝੀਲ ਤੇ 3 ਸਾਲ ਦਾ ਬੱਚਾ ਸੁਖਨਾ ਛੀਲ ਵਿੱਚ ਡੁੱਬ ਜਾਂਦਾ ਹੈ। ਮਾਂ ਉਰਲਾ ਰਹੀ ਹੈ ਕਿ ਕੋਈ ਉਸਨੂੰ ਬਚਾਉਣ ਦੇ ਲਈ ਆਵੇ। ਬਲਜੀਤ ਨੂੰ ਤੈਰਾਕੀ ਆਉਂਦੀ ਹੈ। ਉਹ ਖਾਣਾ ਪੀਣਾ ਛੱਡ ਕੇ ਝੱਟ ਨਾਲ ਬਿਨਾਂ ਕੁਝ ਸੋਚੇ ਵਿਚਾਰੇ ਛੀਲ ਵਿੱਚ ਛਾਲ ਮਾਰ ਦਿੰਦੀ ਹੈ। ਉਹ ਬੱਚੇ ਨੂੰ ਕਮੀਜ਼ ਤੋਂ ਫੜ ਕੇ ਆਪਣੇ ਵੱਲ ਖਿੱਚਦੀ ਹੋਈ ਕਿਨਾਰੇ ਵੱਲ ਲੈ ਕੇ ਆਉਂਦੀ ਹੈ। ਐਨੇ ਨੂੰ ਇੱਕ ਕਿਸ਼ਤੀ ਕੋਲ ਆਉਂਦੀ ਹੈ। ਉਹ ਉਸਨੂੰ ਉਸ ਵਿੱਚ ਬਿਠਾ ਕੇ ਕਿਨਾਰੇ ਤੇ ਲੈ ਕੇ ਆਉਂਦੀ ਹੈ। ਉਸਨੇ ਸਜਾਵਟ ਦੇ ਲਈ ਮੂਤੇ ਪਏ ਖੜੇ ਦੇ ਉੱਤੇ ਬੱਚੇ ਨੂੰ ਪੇਟ ਦੇ ਪਾਰ ਲਟਾ ਦਿੱਤਾ ਬੱਚੇ ਦੇ ਪੇਟ ਵਿੱਚੋਂ ਪਾਣੀ ਕੱਢਿਆ ਬੱਚੇ ਨੂੰ ਕੁਝ ਹੋਸ਼ ਆਈ ਉਸਨੇ ਆਪਣੀ ਮਾਂ ਨੂੰ ਪੁਕਾਰਿਆ ਇਸ ਦਲੇਰੀ ਲਈ ਸਾਰੇ ਉਸ ਨੂੰ ਖੜੇ ਹੋ ਕੇ ਦੇਖਦੇ ਹਨ ਬਲਜੀਤ ਇੱਕ ਕੇਂਦਰ ਬਿੰਦੂ ਬਣੀ ਹੋਈ ਹੈ ਅਤੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਲੋੜ ਪੈਣ ਤੇ ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਧੰਨਵਾਦ